ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਜੀ ਤੁਹਾਡਾ ਮੇਰੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਆਪਾਂ ਚੱਲੇ ਹਾਂ ਸ਼ਹਿਰ, ਅਤੇ ਅਨਹਦ ਦਾ ਚਾਚੂ ਫੋਨ 'ਤੇ ਫੋਨ ਕਰੀ ਜਾਂਦਾ, ਛੇਤੀ ਆ ਜਾਓ ਛੇਤੀ ਆ ਜਾਓ, ਕਹਿੰਦਾ ਮੈਂ ਇੱਕ ਸਰਪ੍ਰਾਈਜ਼ ਪਲਾਨ ਕੀਤਾ ਤੁਹਾਡੇ ਲਈ, ਅਤੇ ਆਓ ਵੇਖਦੇ ਹਾਂ ਜਾ ਕੇ ਕੀ ਸਰਪ੍ਰਾਈਜ਼ ਆ ਉਹ। ਤਿਆਰੀ ਹੈ ਮੈਡਮ ਜੀ? ਅਨਹਦ ਵੀ ਤਿਆਰੀ, ਅਨਹਦ ਆਪਣੀਆਂ ਫਰੈਂਡ ਨਾਲ ਖੇਡਣ ਡਈ ਬਾਹਰ, ਅਤੇ ਇੱਧਰੋਂ ਮੈਡਮ ਸਾਡੇ ਵੀ ਰੈਡੀ ਹੋਣ ਡਏ ਆ, ਹੋ ਹੀ ਗਏ ਲਗਭਗ, ਚੱਲੀਏ। ਚੱਲ, ਉਹਦੇ ਦੋ ਤਿੰਨ ਫੋਨ ਆ ਗਏ, ਪਤਾ ਨਹੀਂ ਕੀ ਕਰ ਛੱਡਣਾ ਅੱਜ ਉਹਨੇ, ਦੇਖੀਏ ਜਾ ਕੇ ਕੀ ਜਾਂਦਾ। ਅਨਹਦਾਂ ਨੀ ਖੇਡਣ ਡਿਆ, ਅਨਹਦ ਦੀ ਫਰੈਂਡ ਆਈ ਨਾਲ, ਤੇ ਅਨਹਦ ਖੇਡਣ ਡਿਆ। ਕੀ ਖੇਡਣ ਡਿਆ ਜਾ ਓਏ? ਅੱਛਾ ਅੱਛਾ, ਗਲਾ ਤੇਰਾ ਖਰਾਬ ਹੋ ਗਿਆ ਵੇਖ ਲਾ ਹੁਣ ਕਿੰਨਾ ਜ਼ਿਆਦਾ। ਆਪਾਂ ਹੁਣ ਤੁਰ ਪਏ ਰੈਡੀ ਹੋ ਕੇ, ਤੇ ਉਹਨਾਂ ਨੂੰ ਪਿੰਡੋ ਨਾਲ ਲੈਣਾ ਆ, ਤੇ ਉਹ ਤੋਂ ਬਾਅਦ ਓ ਰੋਡ ਤੇ ਖਲੋਤੇ ਸਾਰੇ ਜਣੇ ਡਿੱਗਣ ਡਿਆ ਅਨਹਦ, ਓ ਵੇਖ ਵੇਖਣ ਡਿਆ ਖਲੋ ਖਲੋ ਕੇ, ਓ ਖਲੋਤੇ ਜੀ, ਓ ਵੇਖ ਡੈਡੀ ਵੀ ਚੱਲੇ ਨਾਲ, ਸਾਰੇ ਜਣੇ ਚੱਲੇ। ਟਿੱਡੂ ਨੇ ਪਟਕੀ ਬੱਧੀ ਵੇਖ, ਉਧਰ ਗੱਡੀ ਪਛਾਣ ਲੈਂਦਾ ਉਦਾਂ ਹੁਣ। ਹੈਲੋ, ਸਤਿ ਸ੍ਰੀ ਅਕਾਲ, ਕੀ ਕਰ ਛੱਡਣ ਲੱਗੇ ਜੇ ਅੱਜ? ਕੀ ਕਰ ਦੇਣਾ ਜੇ ਅੱਜ ਸਾਨੂੰ ਤਿਆਰ ਕਰਾ ਕੇ? ਹੈਂ, ਨਹੀਂ ਸਾਨੂੰ ਨੀ ਪਤਾ, ਅਸੀਂ ਤਾਂ ਭਰਾ ਵੇਖਣ ਡਿਆ, ਪਤਾ ਨੀ ਕੀ ਕਰ ਛੱਡਣਾ। ਇਹ ਹੁਣ ਆਪਾਂ ਪਹੁੰਚ ਗਏ, ਕਿੱਥੇ ਪਹੁੰਚ ਗਏ? ਐਮ ਜੀ ਵਾਲਿਆਂ ਦੇ, ਤੇ ਗੁਰਨਵਾਜ ਦੀ ਜਾ ਰਹੀ ਆ, ਅੱਜ ਗੁਰਨਵਾਜ ਦੀ ਆ ਰਹੀ ਆ। ਪਿੱਛੇ ਪਿੱਛੇ ਰਹੇਗਾ ਅੱਜ ਇੱਦਾਂ ਤੜਿਆ ਗੁਰਨਵਾਜ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਨਹਦ, ਪਸੰਦ ਆ? ਖੋਲਦੇ ਆ ਲੋਕ। ਹਾਂਜੀ ਭਾਜੀ, ਕਿੱਦਾਂ, ਓਕੇ ਰਿਪੋਰਟ ਆ? ਹੈਂ, ਆ ਵੇ ਬਾਏ, ਉਹ ਗੱਡੀ 'ਚ ਬੈਠੀਆਂ, ਕਹਿੰਦਾ ਬਾਏ ਆਂਦਾ ਬਾਏ, ਤੇਰੇ ਤਾਂ ਲੱਗੇ ਹੀ। ਆਹੋ, ਆਹਨਾਂ ਦੀ ਠੀਕ ਕਹਿਣ, ਕਹਿੰਦੀ ਹੈਂਡਲ ਬਹੁਤ ਸੋਹਣੇ ਆ। ਦੀਪ ਗੁਰਨਵਾਜ ਤਾਂ ਤੈਨੂੰ ਜੇ ਗੱਡੀ ਨਾਲੋਂ ਚਾਹ ਤਾਂ ਜ਼ਿਆਦਾ ਤੈਨੂੰ ਮਿਲਦਾ ਉਹਨੂੰ। ਓ ਵੇ, ਦੱਸਣ ਵੀ ਰੋਡ ਸੇਫਟੀ ਕਿੱਦਾਂ ਹੈ, ਤੇ ਗੱਡੀ ਚਲਾਉਣੀ ਕਿੱਦਾਂ ਹੈ, ਤੇ ਇੰਸਟਰਕਸ਼ਨ ਜਿਹੜੀਆਂ ਉਹ ਤੁਹਾਨੂੰ ਸਾਰੀਆਂ ਰੋਡ ਦੀਆਂ ਦੇਣੀਆਂ ਭਾਜੀ। ਸਰ ਜਿਉਣੀ ਜੇ ਤਾਂ ਮੈਂ ਪਹਿਲੀ ਵਾਰੀ ਤਰੀਕ 'ਚ ਮਾਰੀ। ਇਧਰੋਂ ਕਮਲ ਦੇ ਵਿੰਦਰ ਵੀ ਪਹੁੰਚ ਚੁੱਕੇ ਆ ਹੜਕੋ, ਕਿੱਦਾਂ ਲੱਗਾ ਫਿਰ ਤੁਹਾਨੂੰ ਇੱਥੇ ਆਣ ਕੇ? ਮਤਲਬ ਬੜਾ ਮਜ਼ਾ ਆਇਆ, ਬੜਾ ਮਜ਼ਾ ਆਇਆ। ਅੱਛਾ ਅੱਛਾ, ਟੀਵੀ ਨੀ ਚੱਲਣਾ, ਤੇ ਵਧੀਆ ਲੱਗੀ ਗੱਡੀ, ਸੋਹਣੀ ਹੈ ਨਾ? ਬਹੁਤ ਸੋਹਣੀ ਲੱਗੀ ਗੱਡੀ, ਹੈ ਨਾ? ਨਹੀਂ ਯਾਰ, ਫਾਈਵ ਸੀਟਰ ਹੈ ਪਰ ਵਧੀਆ ਹੈ। ਲਓ ਜੀ, ਆਪਾਂ ਗੱਡੀ ਲੈਣ ਵਾਸਤੇ ਆਏ ਹਾਂ ਸਾਰੇ ਜਣੇ, ਤੇ ਹੁਣ ਗੱਡੀ ਰੈਡੀ ਹੋਣ ਡਈ ਆ, ਤੇ ਕੇਕ ਦੀ ਕਰਨ ਡਿਆ ਵੇਟ,
ਤੇ ਜਿੱਦਾਂ ਹੀ ਕੇਕ ਆ ਗਿਆ, ਕੇਕ ਕੱਟਣਾ ਤੇ ਫਿਰ ਉਹ ਤੋਂ ਬਾਅਦ ਡਿਲੀਵਰੀ ਗੱਡੀ ਦੀ ਜਿਹੜੀ ਆ ਉਹਨਾਂ ਨੇ ਹੈਂਡਓਵਰ ਕਰ ਦੇਣੀ ਆ। ਉਹ ਆ ਗਿਆ ਕੇਕ ਵੀ ਲੈ ਕੇ ਵੀਰ, ਨਾਲ ਪਲੇਟਾਂ ਵੀ ਲੱਖਾਂ ਰੁਪਇਆ ਦੀ ਗੱਡੀ ਦੇ ਢਾਈ ਸੌ ਦਾ ਕੇਕ ਮੰਗਾਇਆ ਤੂੰ ਕੱਟ ਦੇ। ਗੱਡੀ ਦਾ ਮੁੱਲ ਤੁਸੀਂ ਲੱਖਾਂ ਰੁਪਈਏ ਰੱਖਿਆ ਤੇ ਕੇਕ ਢਾਈ ਸੌ ਵਾਲਾ। ਬਾਰੇ ਜੀ ਕਿੱਥੇ ਉੱਤੇ ਚੜਾ ਕਹਿੰਦਾ ਹੁਣ ਮੈਨੂੰ ਅਰਜੁਨ ਤੇਰੇ ਲਾ ਕੇ ਤਾਂ ਚੜਾ ਕੇਕ ਆਂਦੀ ਉਹਦੇ ਤੋਂ। ਕੇਕ ਤਾਂ ਸਾਡੇ ਕੋਲ ਅੰਦਰ ਰੱਖ ਆਏ, ਮੈਂ ਬਾਹਰ ਮੰਗਾਇਆ, ਅਸੀਂ ਤਾਂ ਅੰਦਰ ਖਾ ਚੱਲੇ ਹੈਗੇ, ਸ਼ਾਇਦ ਕੱਟਣ ਵਾਸਤੇ ਹੋਰ ਰੱਖਣਾ ਇਹਨਾਂ ਨੇ। ਜੇ ਬਿੱਲ ਬਣ ਗਿਆ ਹੋਊਗਾ ਫੇਰ ਮੁਸ਼ਕਿਲ ਹੋ ਜਾਣਾ, ਜੇ ਬਿੱਲ ਬਣ ਗਿਆ ਹੋਣਾ ਫੇਰ ਮੁਸ਼ਕਿਲ ਹੋ ਗਿਆ ਹੋਣਾ। ਸ਼ਾਬਾਸ਼ ਸ਼ਾਬਾਸ਼ ਅਨਹਦ, ਸ਼ਾਬਾਸ਼। ਇਹ ਸਾਰੇ ਜਣੇ ਆ ਗਏ ਆਪਾਂ ਗੱਡੀ ਲੈਣ ਵਾਸਤੇ, ਗੱਡੀ ਰੈਡੀ ਆ। ਉਹਨਾਂ ਦੇ ਵਧਾਈਆਂ ਹੁਣ ਬਹੁਤ ਸਾਰੀਆਂ ਸਾਰਿਆਂ ਨੂੰ, ਸਾਰਿਆਂ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਹੁਣ ਬਹੁਤ ਸਾਰੀਆਂ। ਸਾਰੀ ਗੱਡੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਇੱਧਰੋਂ ਵੀ। ਕੀ ਆਰਡਰ ਕਰਨਾ, ਕੀ ਖਾਣਾ ਦੱਸੋ। ਇਹ ਰਹੀ ਸਾਰੀ ਸੋਹਣੀ ਜੀ ਗੱਡੀ, ਬਹੁਤ ਜ਼ਿਆਦਾ ਪਿਆਰੀ ਹੈ, ਬਹੁਤ ਜ਼ਿਆਦਾ ਸੋਹਣੀ ਹੈ। ਇਹ ਸਾਰੀ ਆ ਗਈ ਇਹਦੀ ਬੈਕ ਸਾਈਡ ਤੋਂ, ਇੰਟੀਰੀਅਰ ਵੀ ਬਹੁਤ ਸੋਹਣਾ ਇਹਦਾ। ਇਹਦਾ ਹੈਗਾ ਸੋਹਣਾ ਜਿਹਾ ਇੰਟੀਰੀਅਰ, ਇਹ ਹੁਣ ਸਲਾਹ ਹੋਣ ਡਈ ਕੁਛ ਖਾਣ ਪੀਣ ਦੀ, ਕਿੱਥੇ ਜਾਣਾ, ਕੀ ਖਾਣਾ, ਪਾਰਟੀ ਕਿੱਥੇ ਹੋਣੀ, ਹੁਣ ਸਲਾਹ ਹੋਣ ਡਈ ਕੀ ਖਾਣਾ ਕਿੱਥੇ ਖਾਣਾ। ਚੰਗਾ ਜੀ, ਬਾਏ ਜੀ।
ਗੁਡ ਨਾਈਟ ਬਾਏ ਚਲੀਏ ਆਪਾਂ ਫਿਰ ਚਲੋ ਚਲੀਏ ਹੁਣ ਚਲੋ 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 ਬੈਠੋ ਆਓ ਚਲੀਏ ਇਹਨਾਂ ਨੂੰ ਖੇਡਣ ਦੇ ਸਿਵਾ ਹੋਰ ਕੋਈ ਕੰਮ ਨਹੀਂ ਆਉਂਦਾ ਜਿੱਥੇ ਜਾਂਦੀਆਂ ਉੱਥੇ ਗੇਮ ਸ਼ੁਰੂ ਇਹ ਕੀ ਹੁੰਦਾ ਸੰਗੂ ਇਹ ਕੀ ਹੁੰਦਾ ਸਾਰੇ ਜਾਣੇ ਸਹੀ ਗੱਲ ਆ ਚਲੋ ਜੀ ਅਸੀਂ ਚੱਲੇ ਪੌੜੀਆਂ ਚੜ੍ਹ ਕੇ ਤਾਂ ਖਿੱਚ ਕੇ ਰੱਖੋ ਕੰਮ ਜਿਹੜੀ ਤੈਨੂੰ ਲੱਭਦਾ ਰਹਿੰਦਾ I love you but I don't touch my pizza ਤੇ ਆਪਣਾ ਖਾਦਾ ਨਹੀਂ ਤੂੰ ਸਾਰੇ ਵਿੱਚ ਹੱਟਦਾ ਕਿਤਨੇ ਕਹਿੰਦਾ ਨਾ ਸਰ ਲੋ ਜੀ ਗੱਡੀ ਲੈਣ ਤੋਂ ਬਾਅਦ ਪਾਰਟੀ ਹੋਣ ਡਈ ਆ ਉਹਨਾਂ ਦੇ ਪੀਜ਼ਾ ਖਾਣ ਡਏ ਆ ਤੇ ਮੈਡਮ ਜੀ ਹੋਰ ਕੁਛ ਆਵੇ ਉਹਦਾ ਛੱਡ ਵੀ ਦਿੱਤਾ ਵਿੱਚ ਖਾਦਾ ਵੀ ਨਹੀਂ ਕੋਈ ਯਾਰ ਥੋੜਾ ਬੋਲਾ ਦੇ ਹੋਰ ਖਾ ਭਾਜੀ ਫਿਰ ਹੋ ਗਈ ਪਾਰਟੀ ਨਜ਼ਾਰਾ ਆ ਗਿਆ ਆਵੇ ਕੁਛ ਹੋਰ ਨਾ ਨਾ ਵੇਖ ਲੋ ਮੈਂ ਸੋਚਿਓ ਫਿਰ ਕੱਲੀ ਭਾਈਆ ਭਾਈਆ ਆਈ ਉਹ ਬੱਚੇ ਅਸੀਂ ਦੋ ਤੁਹਾਡੇ ਲਾਗੇ ਹੋਰ ਬਣਾਏ ਫੁੱਫੜਾ ਫੁੱਫੜਾ ਕਰਾ ਦੇਣੀ ਚਾਹੀਦੀ ਫੁੱਫੜ ਬਣ ਕੇ ਵਿਖਾਓ ਹੁਣ ਪੂਰਾ ਮਹਾਰਾਜ ਦਬਕਾ ਇਹ ਵੀ ਗੱਲ ਹੈਗੀ ਆ ਭਾਜੀ ਭਾਈ ਕਹਿੰਦੇ ਉਹਨਾਂ ਦੋਵੇਂ ਜਣੀਆਂ ਨੂੰ ਕਹਿੰਦੇ ਪਛਾਹ ਜੋ ਅਸੀਂ ਦੋਵੇਂ ਜਣੀਆਂ ਗਾਹ ਹੋ ਗਏ ਕਹਿੰਦੇ ਦੋਵੇਂ ਹੀ ਮੈਂ ਪਿੱਛੇ ਹੋ ਜਾਂਦਾ ਆਖਣ ਪਿੱਛੇ ਹੋ ਜਾਂ ਦੋਵੇਂ ਜਣੀਆਂ ਹੁਣ ਮੇਰੀ ਘਰ ਜਾ ਕੇ ਕੀ ਤਰ੍ਹਾਂ ਚਾਹ ਬਣਾਉਣ ਨੂੰ ਤੁਹਾਡਾ ਜੀ ਨਹੀਂ ਕਰਨਾ ਨਹੀਂ ਮੇਰੀ ਹੱਥ ਬਣ ਗਈ ਹੁਣ ਕੁੜੀ ਗਈ ਨਾ ਪਿੰਡ ਹੁਣ ਅਸੀਂ ਦੀਦੀ ਹੋਣਾ ਕੋਲ ਆ ਗਏ ਆ ਚਾਹ ਪੀਣ ਗੱਡੀ ਵਾਲਿਆਂ ਨੂੰ ਗੱਡੀ ਦਵਾ ਕੇ ਅਸੀਂ ਭੇਜਦਾ ਵਾ ਤੇ ਹੁਣ ਅਸੀਂ ਕਿਹਾ ਚਾਹ ਪੀ ਜੀਏ ਆ ਜਾਓ ਭਾਜੀ ਕੁਝ ਲੈਣ ਨਾ ਜਾਏ ਖਾਣ ਨੂੰ ਬੜਾ ਰੱਜ ਕੇ ਆਏ ਆ ਹੁਣ ਅਸੀਂ ਦੀਦੀ ਘਰ ਪਹੁੰਚ ਗਏ ਤੇ ਚਾਹ ਪੀਏ ਹੁਣ ਇੱਥੋਂ ਫਿਰ ਰਵਾਨਾ ਹੋਵਾਂਗੇ ਅਸੀਂ ਜਗਦੇਵ ਕਲਾਂ ਨੂੰ ਠੀਕ ਆ ਛੋਟੀ
ਆ ਗਏ ਘਰ ਆਪਾਂ ਹੁਣ ਪਾਰਟੀ ਕਰਕੇ ਪੀਜ਼ਾ ਪਾਰਟੀ ਤੇ ਇਧਰੋਂ ਬੱਚੇ ਜਿਹੜੇ ਆ ਕੱਪੜਿਆਂ ਦੀ ਪੂਰੀ ਆਪਣੀ ਛਾਣਬੀਣ ਕਰਨ ਕੱਲ ਆਉਣਾ ਸੀ ਅੱਜ ਆਉਣਾ ਸੀ ਅੱਜ ਹੀ ਰਹਿ ਪਏ ਗੱਡੀ ਵਾਲਿਆਂ ਨੂੰ ਗੱਡੀ ਦੀਆਂ ਬਹੁਤ ਬਹੁਤ ਫੇਰ ਵਧਾਈਆਂ ਗਾਇਸ ਵੀਰੇ ਗੱਡੀ ਵਾਲਿਆਂ ਨੂੰ ਮੈਂ ਬਹੁਤ ਬਹੁਤ ਗੱਡੀ ਦੀਆਂ ਫੇਰ ਵਧਾਈਆਂ ਇੱਕ ਵਾਰੀ ਬਹੁਤ ਸੋਹਣੀ ਗੱਡੀ ਹੈ ਬਾਬਾ ਕਿਰਪਾ ਕਰੇ ਸੋਖਣ ਨਹੀਂ ਹੋਵੇ ਤਾਂ ਅਸੀਂ ਵੀ ਉਡਿਆੜੇ ਲਈਏ ਉੱਤੇ। ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਜੀ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਦੇ ਉੱਤੇ ਅਤੇ ਅਸੀਂ ਰਾਤੀ ਰੁਕ ਗਏ ਹਾਂ ਭੈਣ ਕੋਲ ਅਤੇ ਹੁਣ ਸਵੇਰੇ ਮਾਰਨਿੰਗ ਵਾਲੀ ਗੁੱਡ ਹੋ ਗਈ ਆ ਅਤੇ ਅਨਹਦ ਨੇ ਉੱਦਾਂ ਉੱਠਣਾ ਹੁੰਦਾ ਲੇਟ ਅਤੇ ਅੱਜ ਅਨਹਦ ਛੁੱਟੀ ਹੋ ਗਈ ਅੱਜ ਛੁੱਟੀ ਹੋ ਗਈ ਸਕੂਲਾਂ ਦੇ ਛੇਤੀ ਉੱਠ ਵੀ ਉੱਧਰੋਂ ਬੱਚੇ ਸਾਡੇ ਤਿਆਰ ਹੋ ਗਏ ਚੱਲੇ ਸਕੂਲ ਅਤੇ ਤਿਆਰ ਹੋ ਗਏ ਚਾਹ ਪੀਣ ਨੂੰ ਭਾਅ ਜੀ ਤਿਆਰ ਹੋ ਗਏ ਚਾਹ ਪੀਣ ਨੂੰ ਅਨਹਦ ਤਿਆਰ ਹੋ ਗਿਆ ਪਿੰਡ ਜਾਣ ਨੂੰ ਪ੍ਰਾਹੁਣੇ ਆਇਆ ਅੱਜ ਛੁੱਟੀ ਕਰ ਲੋ ਆਲੂ ਉਬਾਲ ਲੈ ਦੀਦੀ ਅੱਜ ਸਾਨੂੰ ਆਲੂ ਵਾਲੇ ਪਰੌਂਠੇ ਖਾਣਗੇ ਖਵਾਉਣਗੇ ਵੀ ਤੇ ਖਵਾਉਣਗੇ ਵੀ ਮੇਰੇ ਫੇਵਰੇਟ ਤਾਂ ਮੈਂ ਦੀਦੀ ਨੂੰ ਕਿਹਾ ਸੀ ਤਾਂ ਰਹਿਣਾ ਸਾਨੂੰ ਆਲੂ ਵਾਲੇ ਪਰੌਂਠੇ ਖਵਾਇਓ ਬੜੇ ਸਵਾਦ ਹੁੰਦੇ ਦੀਦੀ ਤੁਹਾਡੇ ਫਿਰ ਮਸਾਲਾ ਲਿਆਂਦਾ ਜੇ ਆਲੂਆਂ ਚ ਪਾਉਣ ਵਾਲਾ ਅੱਜ ਫਿਰ ਭਾਜੀ ਤੁਹਾਡੇ ਹੱਥਾਂ ਦੇ ਨਾ ਖਾ ਲਈਏ ਕੀ ਹੁਣ ਖੁਸ਼ ਜੋ ਹੁਣ ਤੇ ਵੈਰੀ ਵੈਰੀ ਹੈਪੀ ਅਨੰਦ ਨੂੰ ਛੁੱਟੀ ਕਰਾ ਕੇ ਵੈਰੀ ਵੈਰੀ ਹੈਪੀ ਆਹੋ ਉਹਦੀ ਛੁੱਟੀ ਕਰਾ ਦਿੱਤੀ ਕੁੜੀ ਦੀ ਤੂੰ ਹੈਪੀ ਕੁੜੀ ਵੀ ਹੈਪੀ ਕੁੜੀ ਵੀ ਹੈਪੀ ਛੁੱਟੀ ਕਰ ਕੇ ਤੂੰ ਵੀ ਹੈਪੀ ਭੂਆ ਵੀ ਹੈਪੀ ਤੇ ਭਤੀਜੀ ਵੀ ਹੈਪੀ ਹਾਂ ਬਾਏ ਬਾਏ ਦੀਦੀ ਹੁਣ ਜ਼ਬਰਦਸਤੀ ਰੱਖਿਆ ਹੁਣ ਫੇਰ ਮਿਲਾਂਗੇ ਤੁਹਾਨੂੰ ਚੰਗਾ ਫਿਰ ਬਾਏ ਬਾਏ ਹੁਣ ਆਇਓ ਭਾਜੀ ਲੈ ਕੇ ਕੀ ਐਡਵੈਂਚਰ ਕਰ ਰਿਹਾ ਛੇਤੀ ਚੱਲੀਏ ਗਾ ਫੋਨ ਆਉਣ ਡਿਆ ਪੁੱਤਰ ਆਹ ਸਾਹਮਣੇ ਹੀ ਆ ਚੱਲ ਜਾ ਨਾਲ ਚੱਲ ਜਾ ਤੇ ਕੀ ਜਾਂਦੀ ਕੀ ਕਰਨਾ ਹੀ ਅਨੰਦ ਨੇ ਪਾਰਕ ਵੇਖੀ ਨਹੀਂ ਤੇ ਤਰੇਲ ਪਈ ਹੋਣੀ ਗਿੱਲਾ ਤਾਂ ਨਹੀਂ ਆ ਪੰਘੂੜਾ ਕਿੰਨਾ ਵਧੀਆ ਵਾ ਸਵੇਰੇ ਸਵੇਰੇ ਇੱਥੇ ਸੈਰ ਕਰਨੀ ਚਾਹੀਦੀ ਦੀਦੀ ਹੋਣਾਂ ਵਾਸਤੇ ਬਹੁਤ ਵਧੀਆ ਵਾ ਪਤਾ ਨਹੀਂ ਹੁਣ ਦੀਦੀ ਹੋਣੀ ਕਰਦੇ ਕਿ ਨਹੀਂ ਸੈਰ ਕਰਦੇ ਪਰ ਅਸੀਂ ਹੋਵਾਂਗੇ ਅਸੀਂ ਵੀ ਨਹੀਂ ਕਰਾਂਗੇ ਇੰਨੀ ਸੁੱਖ 'ਤੇ ਉੱਠਿਆ ਨਹੀਂ ਜਾਂਦਾ ਇਸ ਵੇਲੇ ਬੰਦਾ ਕਰ ਸਕਦਾ ਸਕੂਲੇ ਜਦੋਂ ਬੱਚੇ ਚਲ ਜਾਣ ਤਾਂ ਚੱਲੀ ਜਾਣਾ ਤਾਂ ਲੇਟ ਬੜੇ ਹੁੰਦੇ ਨਾਨੂ ਹੋਣਾਂ ਨੇ ਹੋਸਪਿਟਲ ਜਾਣਾ ਵਾ ਡਿੱਗਣਾ ਚਾਹੀਂ ਬਸ ਦੁੱਧ ਵਾਲੇ ਵੀ ਆ ਗਏ ਲੱਗਦਾ ਸਵੇਰੇ ਸਵੇਰੇ ਤੁਹਾਨੂੰ ਸਰ ਕਿੰਨੇ
ਦੀ ਤਾਂ ਸਵੇਰ ਸਵੇਰ ਜ਼ਿਆਦਾ ਕੰਮ ਪੈਂਦਾ ਹੋਣਾ, ਪੌੜੀਆਂ ਚੜ੍ਹਦੀਆਂ ਉਤਰੀਆਂ ਦੋ ਤਿੰਨ ਵਾਰੀ। ਮੈਂ ਅੱਗੇ ਕਿਹਾ ਮੈਂ ਦੀਦੀ ਹੁਣੀ ਦੀ ਸਵੇਰੇ ਆਉਂਦਾ ਨਾ ਇੱਥੇ ਸੈਰ ਕਰਨ, ਆ ਜਾ ਕਰੋ ਵਿਪਲ ਹੋਣੀ ਜੀ ਚੱਲ ਜਾਂਦੇ ਤੂੰ ਆ ਜਾ ਕਰੋ, ਆਪਾਂ ਇੱਥੇ ਜਾਣਾ ਵਾ ਐਕਟਰਾ ਤੇ ਸਟਾਰਟ ਹੋਈ ਨਹੀਂ ਇੱਥੇ ਜਾਣਾ ਆਪਾਂ ਰੇਸ ਹੁਣ ਭਜਾ ਲੈਂਦਾ ਰੇਸ ਦੇ ਜੀ ਚਲਾ ਲੈਂਦੇ ਹੁਣ ਤੁਸੀਂ ਚਲਾਓ ਇਹ ਨਾ ਤੂੰ ਮਚਾ ਲਓ ਜੇ ਇਹਦਾ ਇਹ ਪਤਾ ਨੀ ਲੱਗਦਾ ਚੁੱਪ ਕਰਕੇ ਜੇ ਮਰਜ਼ੀ ਲੱਗ ਜਾ ਕੇ ਖਿਲਾਰ ਦੋ ਉਦੋਂ ਪਤਾ ਲੱਗਦਾ ਪ੍ਰਾਹੁਣੇ ਆ ਗਏ ਜੇ ਸਹੀ ਗੱਲ ਸੁਰਿੰਦਰ ਨੂੰ ਲੱਗਦਾ ਹੁਣ ਟੇਲੇ ਹੁੰਦੇ ਲੇਟ ਹੋਏ ਨਾ ਹੁਣ ਭਾਜੀ ਹੁਣ ਕਿੱਦਣ ਆਓਗੇ ਸਾਡੇ ਕੋਲ ਹੁਣ ਤੁਸੀਂ ਰਾਤ ਵੀ ਰਹਿ ਲਈ ਹੁਣ ਸਾਡੇ ਕੋਲ ਰਾਤ ਰਹਿਣਾ ਹੋਣਾ ਤੁਸੀਂ ਦੀਦੀ ਮਚਾਉਣ ਲੱਗੇ ਡੂਮ ਡੂਮ ਮਚਾਲੇ ਤੂੰ ਬਾਏ ਬਾਏ ਚਲਾ ਲੈਂਦੇ ਦੀਦੀ ਹੁਣ ਤੇ ਇਹ ਸਿਰਫ ਭੀੜ ਦਾ ਇਹਨੂੰ ਰਹਿ ਗਿਆ ਥੋੜਾ ਜਿਹਾ ਬਾਕੀ ਹੋ ਜੂ ਹੌਲੀ ਹੌਲੀ ਹੋ ਗਈ ਆ ਜਾਓ ਪ੍ਰਾਹੁਣੇ ਚੱਲ ਚੱਲੇ ਦੀਦੀ ਮਾਂ ਆਉਣੀ ਉੱਥੇ ਲਾ ਆ ਦੀ ਸਾਰਾ ਦਿਨ ਹੁੰਡੇ ਲੈਂਦੇ ਰਹਿੰਦੇ ਮੈਨੂੰ ਲੱਗਦਾ ਚਲੋ ਠੀਕ ਜੇ ਭਾਜੀ ਫਿਰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬੜੀ ਵਧੀਆ ਚੀਜ਼ ਜੀ ਮੈਂ ਅੱਗੇ ਆਉਣਾ ਵੀ ਇਹ ਬਹੁਤ ਵਧੀਆ ਅਸੀਂ ਡਿਸੀਜਨ ਲਿਆ ਜੀ ਇਹਦਾ ਮੈਂ ਨਾ ਸਗੋਂ ਆਹ ਨਾ ਲੈ ਛੱਡਿਆ ਨਾ ਤੁਹਾਨੂੰ ਛੱਡਣ ਦੇ ਹਾਂ ਅੰਦਰ ਸਾਸ਼ੀ ਕਾ ਬੁਲਾਓ ਫੁੱਫੂ ਨੂੰ ਮਿਲੋ 24-25 ਕਿਲੋਮੀਟਰ ਚੱਲ ਜਾਂਦੀ ਹੈ ਇੱਕੋ ਆਹ ਤਾਂ ਵਧੀਆ ਹੈ ਸਪੋਰਟਸ ਮੂਡ ਤੇ ਨਿਕਲਦੀ ਕਿਹੜੇ ਹੁਣ ਲਾਉਂ ਥੈਂਕ ਯੂ ਜੀ ਤੁਹਾਡਾ ਆਇਆ ਸਾਡੇ ਕੋਲ ਚੰਗਾ ਜੀ ਹੁਣ ਆਓਗਾ ਤਾਂ ਫਿਰ ਰਹਿਣ ਹਾਂ ਰਹਿਣ ਤੇ ਹੁਣ ਅਗਰਾ ਛੁੱਟੀ ਆਵਾਂਗੇ ਪ੍ਰੋਗਰਾਮ ਹੈ ਇਹਦੇ ਨਾਲੇ ਪ੍ਰੋਗਰਾਮ ਕੋਈ ਨਹੀਂ ਰਹਿ ਗਿਆ ਤੂੰ ਵੀ ਆ ਗਿਆ ਵਾ ਪਾਪਾ ਵੀ ਆ ਗਏ ਮੈਂ ਵੀ ਆ ਗਈ ਹਾਂ ਰਹਿਣਾ ਕਿੰਨੇ ਹੈ ਨਾ ਤੂੰ ਕਿੰਨੇ ਕੰਮ ਕੀਤੇ ਗੱਡੀ ਵੀ ਲੈ ਲਈ ਰਾਤ ਵੀ ਰਹਿ ਪਏ ਤੇ ਅਨੰਦ ਦੀ ਛੁੱਟੀ ਵੀ ਹੋ ਗਈ ਇੱਕਦਮ ਹੀ ਬਣ ਗਿਆ